हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते। अज दी वीडियो विच आपां चार बैड़ां जी ते इक ताजी सूई बैड़ सेल लई लैके आए जी। आओ पाउंदे आं वीर ते इहनां दी डिटेल कली कली दी। आ जाओ वीर जी। सति श्रीकाल। सति श्रीकाल जी। नाम ते एड्रैस बोल दो जी। नाम रे मेरा धर्मेंद्र सिंह जी, पिंड संधू कलाई जिला बरनाला ते तहसील आपां नूं तप्पा पैंदी जी। ठीक है जी। मोबाइल नंबर भी बोल 6802-1844 जी। 6802-1844 ये वीर दा कॉन्टैक्ट नंबर है। स्क्रीन उपर आ रहा है, नोट कर लो चाहे स्क्रीन शॉट मार लो। वीर केड़े सूए सूई ब्याह बैठ इवरे दूजा सूआ सूई ओरिजिनल दूजा सूआ सूई ब्याह किन्ने कि दिन हो गए सूई? कल दी भी सूई भी हैगी। अच्छा जी। ते बच्छी मग रह गई इहदे। ठीक है ते जी। 12 लीटर जिहड़ा कंडे लावां बौला गा उह तैयार हैगा इस टाइम। ठीक है। 12 लीटर इस टाइम बौला तैयार है। बौला तैयार आई जावां। कल दी हजे सूई भी। अज तरीक किन्नी है? 2 है जी। अज 2 तरीक है जी। 2 तरीक 10वां महीना 2022 नूं आपां वीडियो कवर कर रहे हैं जी। कल 1 तरीक दी इह सूई ते भी है पहले जी। सूए दा फिर रिकॉर्ड 18 किलो दुध पाया वा। पहले 18 लीटर दुध पाया पहले। इस बार उम्मीद है भी 18 तो प्लस पाऊगी वैड। ਠੀਕ ਹੈ ਜੀ। ਹਾਂ 20 ਵੀ ਪਾ ਸਕਦੀ ਹੈ ਜੀ। ਚੰਗੀ 18 ਸੇਵਾ ਤੋਂ ਦੇ ਨਾਲ 20 ਲੀਟਰ ਦੁੱਧ ਦੀ ਉਮੀਦ ਕਰਦੇ ਜੀ। ਤੇ ਜਰਸੀ ਕ੍ਰੋਸ ਦੇ ਵਿੱਚ ਆ ਗਈ ਵੀਰੇ। ਫੈਟ ਫੂਡ ਚੰਗੀ ਹੁੰਦੀ ਹੈ। ਠੀਕ ਹੈ। ਜਰਸੀ ਦਾ ਕ੍ਰੋਸ ਜਾਂ ਪੈ ਜਾਂਦੇ ਫੈਟ ਵੀ ਚੰਗੀ ਹੁੰਦੀ ਹੈ, ਗਰਮੀ ਵੀ ਨਾਲ ਦੇ ਬਰਾਬਰ ਮੰਨਦੀ ਹੈ। ਮਗਰ ਇਹਦੇ ਬੱਚਾ ਇਹਦੇ ਬੱਚੀ ਆ ਜੀ। ਆ ਦੇਖ ਸਕਦੇ ਨਾੜੂਆ ਨੂੜੂਆ ਹਜੇ ਨਾਲ ਹੀ ਆ। ਨੇੜ ਤੋਂ ਚੈੱਕ ਕਰ ਲਓ। ਉਹ ਕੁਛ ਨਹੀਂ ਕਰਦੀ ਵੀਰੇ, ਬੱਚੇ ਦਾ ਕਰਕੇ ਮਾੜਾ ਮੋਟਾ ਉਪਰਾ ਮੰਨਦੀ ਥੋੜਾ ਜਿਹਾ ਕੈਮਰੇ ਦਾ ਤੇ ਬੱਚੇ ਦਾ ਕਰਦੀ ਹੈ ਜੀ। ਹਾਂਜੀ। ਤੇ ਦੇਖ ਸਕਦੇ ਆਰਡਰ ਦੀ ਕੁਆਲਿਟੀ, ਮਿਲਕ ਰੇਂਜ ਚੈੱਕ ਕਰ ਲਓ ਜੀ। ਪੂਰੀ ਟੌਪ ਦਾ ਆਰਡਰ ਤਿਆਰ ਕਰਿਆ ਵਾ ਜੀ। ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ 2 ਵਜੇ ਦਾ ਟਾਈਮ ਹੈ। ਸ਼ਾਮ ਤੱਕ ਕਹਿੰਦੇ ਆਰਡਰ ਦੀ ਕੁਆਲਿਟੀ ਹੋਰ ਵੀ ਜ਼ਿਆਦਾ ਟੌਪ ਦੀ ਬਣਾ ਲੈਣੀ ਹੈ। ਮਾੜੀ ਤੋਰ ਕੇ ਦਿਖਾ ਦਿਓ। ਆ ਦੇਖ ਸਕਦੇ ਕੱਦ ਕਾਠ ਦੇ ਚੈੱਕ ਕਰ ਲਓ, ਰੰਗ ਰੂਪ ਵੀ ਚੰਗਾ ਗਾ ਜੀ। ਤੇ ਗਰਮੀ ਗੁਰਮੀ ਨਾ ਦੇ ਬਰਾਬਰ ਹੀ ਮੰਨਦੇ ਆ। ਫੈਂਡ ਫੂਡ ਇਹਨਾਂ ਦੀ ਚੰਗੀ ਆਉਂਦੀ ਆ। ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ। ਬੱਚੇ ਦਾ ਕਰਕੇ ਨਹੀਂ ਪਰੇ ਨਹੀਂ ਕੱਲਾ ਕੱਲਾ ਨਿਖੜਮਾ ਤਾਂ ਥਾਣਾ ਹੀ ਚਾਰੇ ਥਾਂ ਨਿਖੜਵੇਂ ਤੇ ਪੂਰੇ ਗਾਇਬ ਤੇ ਆ। ਆ ਦੇਖ ਸਕਦੇ ਆਰਡਰ ਦੀ ਕੁਆਲਿਟੀ ਬੜੀ ਜ਼ਬਰਦਸਤ ਕੁਆਲਿਟੀ ਆ ਜੀ। ਤੇ ਕੀ ਰੇਟ ਰੱਖਿਆ ਦਾ ਜਾਇਜ਼? ਇਹਦਾ ਵੀਰੇ 40,000 ਜੀ। 40,000 ਮਾਨਤਾਨ ਹੋ ਜੀ? ਮਾਨਤਾਨ ਹੋ ਜੂਗਾ ਵੀਰੇ। ਮੌਕੇ ਠੀਕ ਹੈ। 40,000 ਰੁਪਇਆ ਦੀ ਡਿਮਾਂਡ ਆਈ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਜੀ। ਆ ਦੇਖ ਸਕਦੇ ਆਰਡਰ ਦੇ ਉੱਪਰ ਮਿਲਕ ਰੇਂਜ ਚੈੱਕ ਕਰ ਲਓ ਜੀ। ਆ ਦੇਖ ਸਕਦੇ ਅੱਗੇ 2 ਨੰਬਰ ਦੇ ਵੀਰੇ ਕਿੰਨੀ ਘੁੰਮ ਰਿਹਾ ਬੈਠ ਦੀ? ਇਹ ਵੀਰੇ ਖੀਰਾ ਬੱਚਾ ਹੈਗਾ ਇਸ ਟਾਈਮ। ਠੀਕ ਹੈ ਜੀ। ਤੇ ਅਰਮਾਡਾ ਦੇ ਸੀਮਨ ਦਾ ਜੀ। ਠੀਕ ਹੈ ਜੀ। ਤੇ ਗੱਬਣ ਤਾਂ ਨਹੀਂ? ਨਹੀਂ ਵੀਰੇ ਗੱਬਣ ਹੈ ਨਹੀਂ ਗੀ। ਠੀਕ ਹੈ। ਅੱਜ AI ਦੇ ਕਾਬਲੀ ਸੀਗੀ, ਹੀਟ ਚ ਆਈ ਵੀ ਪੂਰੀ ਫੁੱਲ। ਓਕੇ। ਪਰ ਇਹਦੀ AI ਕਰਨ ਦਾ ਅੱਜ ਫਾਇਦਾ ਨਹੀਂ ਹੈਗਾ ਮੂਰੇ, ਜਿਹੜਾ ਮੌਸਮ ਉਹ ਨਹੀਂ ਵਧੀਆ ਆਉਣਾ ਇਹਦੇ ਵਾਸਤੇ। ਠੀਕ ਹੈ ਜੀ। ਮੰਨ ਲਓ ਵੀ ਜੇ 1 ਮਹੀਨੇ 1.5 ਮਹੀਨੇ ਤੱਕ ਇਹਦੀ AI ਹੋ ਜਾਏ ਮੂਰੇ, ਇਹ ਵਧੀਆ ਰੁੱਤ ਦੇ ਵਿੱਚ ਆ ਜਾਊਗੀ। ਠੀਕ ਹੈ ਵਧੀਆ। ਪੈਟਕੂੜੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਪੂਰੀ ਉੱਪਰ ਤੋਂ। ਹਾਂ ਥੋੜਾ ਚੰਗੇ ਲੱਗਿਆ ਵਿਖਰੇ ਵਿਖਰੇ ਤੇ ਪੂਰੇ ਗਏ। ਪੋਰਸ਼ਾਂ ਗਏ ਨਹੀਂ ਪੋਰਾ ਵੀ। ਆ ਦੇਖ ਸਕਦੇ ਪੈਟਕੂੜੇ ਦੀ ਕੁਆਲਿਟੀ ਵੀ ਚੰਗੀ ਆ। ਪ੍ਰਿੰਟ ਬਾਕੀ ਹਾਈਟ ਲੈਂਥ ਵੱਛੀ ਤੁਸੀਂ ਦੇਖ ਸਕਦੇ ਹੋ। ਬੋਡੀ ਵੇਟ ਬਹੁਤ ਆ ਵਜਣਾ ਤਾਂ ਇਹਦਾ। ਬੋਡੀ ਵੇਟ ਬਹੁਤ ਜ਼ਿਆਦਾ ਸੋਹਣਾ ਵੀਰੇ। ਫੇਸ ਕੁਆਲਿਟੀ ਚੰਗੀ ਆ ਜੀ। ਮਾੜੀ ਤੋਰ ਕੇ ਅਰਮਾਡਾ ਦੇ ਸੀਮਨ ਦੀ ਆ ਜੀ। ਆਪਾਂ ਫਾਰਮ ਦੇ ਵਿੱਚੋਂ ਪਰਚੇਜ ਕੀਤੀਆਂ ਨੇ ਜੀ, ਜਿੰਨੇ ਚਾਰੇ ਵੱਛੀਆਂ ਖੜੀਆਂ। ਠੀਕ ਹੈ ਵੀਰੇ। ਚੰਗੇ ਸੀਮਨ ਦੀ ਆ ਜੀ। ਕੱਦ ਕਾਠ ਵੀ ਚੰਗਾ। ਮਿਲਕ ਰਿਕਾਰਡ ਵੀਰੇ ਦਾ ਮਾਂ ਦਾ 36 ਲੀਟਰ ਦਾ ਜੀ। 36 ਲੀਟਰ ਦਿੱਤਾ ਉਹਦੀ ਮਾਂ ਨੇ। ਠੀਕ ਹੈ ਜੀ। 36 ਲੀਟਰ ਦੁੱਧ ਪਾਇਆ ਵਾ ਜੀ ਮਾਂ ਨੇ। ਫੇਸ ਕੁਆਲਿਟੀ ਪੂਰੀ ਜ਼ਬਰਦਸਤ ਆ। ਬੋਦੀ ਵਗੈਰਾ ਕੰਨ ਕੁੰਨ ਚੰਗਾ ਜੀ। ਲਿਓ ਮੋੜ ਲਿਓ ਵੀਰ ਮਾਂ। ਇਹਦਾ ਕੀ ਰੇਟ ਰੱਖਿਆ ਵੀਰ? ਇਹਦਾ ਵੀਰੇ 21,000 ਜੀ। 21,000 ਮਾਨਤਾਨ ਹੋ ਜੀ? ਹਾਂਜੀ ਵੀਰੇ ਮਾਨਤਾਨ ਹੋ ਜੂਗਾ ਜੀ। ਠੀਕ ਹੈ। 21,000 ਰੁਪਇਆ ਦਾ ਰੇਟ ਆ ਜੀ। ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਜੀ। ਵੇਖ ਸਕਦੇ ਪੂਰੀ ਟੌਪ ਦੀ ਬਰੀਟ ਆ ਜੀ ਵੈਟ ਦੀ। ਚਾਰੇ ਪਾਸੇ ਪੂਰੀ ਇੱਕੋ ਜੀ ਪਈ ਆ। ਚੰਗੀ ਆ, ਰਾਜੀ ਰੂਜੀ ਆ। ਹਾਂਜੀ ਵੀਰ ਜੀ। ਅੱਗੇ 3 ਨੰਬਰ ਤੇ ਇਹਦੀ ਕਿੰਨੀ ਉਮਰ ਆ ਵੈਟ ਦੀ? ਇਹ ਵੀ ਵੀਰੇ ਖੀਰਾ ਬੱਚਾ ਗਿਆ ਇਸ ਟਾਈਮ। ਠੀਕ ਹੈ ਜੀ। ਤੇ ਤਕਰੀਬਨ ਇਹਦੀ ਉਮਰ ਹੋਊਗੀ 12-13 ਮਹੀਨੇ ਦੀ। 12-13 ਮਹੀਨੇ ਦੀ ਉਮਰ ਇਸ ਟਾਈਮ। ਪੈਟਕੂੜੇ ਦੀ ਚੜਾਈ ਆ ਤੁਸੀਂ ਉਹ ਦੇਖ ਸਕਦੇ ਹੋ। ਵੇਖ ਸਕਦੇ ਪੈਟਕੂੜੇ ਦੀ ਚੜਾਈ, ਥਣ ਵਗੈਰਾ ਵੀ ਨੇ। ਥਣ ਵਗੈਰਾ ਚਾਰੇ ਨਿਖੜਵੇਂ ਆ ਜੀ। ਕੱਲਾ ਕੱਲਾ ਨਿਖੜਵਾ ਥਣਾ, ਚਾਰੇ ਥਣ ਨਿਖੜਵੇਂ ਦੇ ਪੂਰੇ ਗਾਇਬ ਤੇ। ਝੂੜੀ ਦੇ ਬਲ ਬੁਲ ਚੰਗਿਆ, ਕੱਦ ਕਾਠ ਵੀ ਚੰਗਾ, ਫਰੰਟ ਵਗੈਰਾ ਤੁਹਾਡੇ ਸਾਹਮਣੇ ਆ ਜੀ। ਤੇ ਕੀ ਰੇਟ ਰੱਖਿਆ ਵੀਰੇ ਦਾ? ਰੇਟ ਵੀਰੇ ਦਾ 17,000 ਰੁਪਇਆ ਰੱਖਿਆ ਜੀ ਆਪਾਂ, ਜਮਾ ਦੇਣ ਲੈਣ ਵਾਲਾ। ਠੀਕ ਹੈ। ਤੇ ਪਰ ਇਹਦਾ ਮਾਂ ਦਾ ਰਿਕਾਰਡ ਆ 35 ਲੀਟਰ ਦਾ ਜੀ। ਠੀਕ ਹੈ ਜੀ। ਤੇ ਡੈਨਮਾਰਕ 40-135 ਦੇ ਸੀਮਨ ਦੀ ਖੋਦਾ ਜੀ ਇਹ। 40-135 ਸੀਮਨ ਦੀ ਆ ਜੀ। ਆ ਦੇਖ ਸਕਦੇ ਡੈਨਮਾਰਕ ਦਾ ਸੀਮਨ ਚੰਗਾ ਗਾ ਜੀ। ਸੀਮਨ ਜਿੰਨਾ ਕ ਆਪਾਂ ਨੂੰ ਮਾਲਕਾਂ ਨੇ ਡਿਟੇਲ ਦਿੱਤੀ ਵਿੱਚ ਪੂਰੀ ਟੌਪ ਦੀ ਆ। ਦੇਖ ਸਕਦੇ ਕਬੂਤਰ ਵਰਗੀ ਬੈੜ ਆ ਜੀ। ਲੈ ਚਲੋ ਮੜੀ ਤੋਰ ਕੇ ਦਿਖਾ ਦਿਓ। ਲਿਓ ਮੋੜ ਲਿਓ ਜੀ। ਆ ਵੇਖ ਸਕਦੇ ਕੁਆਲਿਟੀ ਤੁਹਾਡੇ ਸਾਹਮਣੇ। ਪ੍ਰਿੰਟ ਵਗੈਰਾ ਰੰਗ ਰੂਪ ਚੰਗਾ ਜੀ। ਤੇ ਚੰਗੇ ਸੀਮਨ ਦੀ ਆ ਜੀ ਇਹ। ਤੇ ਮਿਲਕ ਰਿਕਾਰਡ ਵੀ ਚੰਗਾ ਦੱਸਿਆ ਵੀ ਇਹਨੇ। ਥਣ ਥੁਣ ਵੀ ਚੰਗਾ ਲੱਗਿਆ ਬਈ। ਚਾਰੇ ਥਣ ਨਿਖੜਵੇਂ ਦੇ ਪੂਰੇ ਗਾਇਬ ਤੇ। ਝੂਲੀ ਝੂਲੀ 'ਚ ਬਲ ਬੁਲ ਬਹੁਤ ਚੰਗੇ ਆ। ਤੇ 17,000 'ਚੋਂ ਬਾਕੀ ਚਲੋ ਮੌਕੇ 'ਤੇ ਮਾਨ ਥਣ ਜ਼ਰੂਰ ਹੋ ਜੂਗਾ। ਅੱਗੇ 4 ਨੰਬਰ ਅੱਗੇ ਜਿਹੜੀ 4 ਨੰਬਰ ਦੇ ਵੱਛੀ ਦੇਖਦੇ ਹਾਂ ਇਹ ਵੀ ਖੀਰਾ ਬੱਚਾ ਜੀ। ਠੀਕ ਹੈ ਜੀ। ਮੰਨ ਕੇ ਚਲੋ 11 ਮੰਥ ਦੀ ਇਹਦੀ ਏਜ ਆ ਜੀ। 11 ਮੰਥ ਰੰਗ ਰੂਪ ਥੋੜੇ ਸਾਹਮਣੇ ਆ ਜਿੰਨਾ ਕਹਿ। ਤੇ ਥਣ ਚਾਰੇ ਨਿਖੜਵੇਂ ਆ ਜੀ। ਹਾਂ ਥਣ ਵਗੈਰਾ ਨੇੜ ਤੋਂ ਹੀ ਦਿਖਾ ਰਹੇ ਹਾਂ। ਆ ਦੇਖ ਸਕਦੇ ਚਾਰੇ ਥਣ ਨਿਖੜਵੇਂ 'ਤੇ ਪੂਰੇ ਗਾਇਬ 'ਤੇ ਆ।
ABS ਦੇ ਵੀਰੇ ਸਟੈਕਰ ਸੀਮ ਆਂਦੀ ਆ ਜੀ ਸਟੈਕਰ ਸੀਮ ਆਂਦੀ ਹਾਂਜੀ ਠੀਕ ਹੈ ਜੀ ਬਾਹਰ ਕੱਢ ਲਿਓ ਕੁਆਲਿਟੀ ਫੇਸ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਦੇ ਸਰ ਫੇਸ ਕੁਆਲਿਟੀ ਰੰਗ ਰੂਪ ਚੈੱਕ ਕਰ ਲਓ ਕੱਦ ਕਾਠ ਚੰਗਾ ਜੀ ਵੇਲ ਵੂਲ ਚੈੱਕ ਕਰ ਲਓ ਚੰਗੇ ਸੀਮ ਆਂਦੀ ਆ ਜੀ ਮਿਲਕ ਰਿਕਾਰਡ ਕੀ ਹੈ ਮਿਲਕ ਰਿਕਾਰਡ ਵੀਰੇ 30 ਪਲੱਸ ਆ ਜੀ ਇਹਦਾ 30 ਪਲੱਸ ਹਾਂਜੀ 30 ਪਲੱਸ ਦੁੱਧ ਦਿੱਤਾ ਹੋਇਆ ਦੀ ਮਾਂ ਨੇ ਜੀ ਆ ਦੇਖ ਸਕਦੇ ਹੋ ਰੰਗ ਰੂਪ ਇੱਕੇ ਫਾਰਮ ਦੇ ਵਿੱਚੋਂ ਵੀਰੇ ਪਰਚੇਜ ਕੀਤੀਆਂ ਹੋਈਆਂ ਆਪਣੀਆਂ ਵੇੜਾ ਇਹ ਠੀਕ ਹੈ ਜੀ ਹਾਂਜੀ ਇਹਦਾ ਰੇਟ ਕੀ ਰੱਖਿਆ ਵੀਰ ਇਹਦਾ ਵੀਰੇ 15,000 ਜੀ 15,000 ਮਾਨ ਤਾਨ ਹੋ ਜੂ ਹਾਂਜੀ ਵੀਰੇ ਮਾਨ ਤਾਨ ਹੋ ਜੂ ਬਾਈ ਕੇ ਜਾ ਇਹ 15,000 ਰੁਪਿਆ ਰੇਟ ਆ ਜੀ ਬਾਕੀ ਮੌਕੇ ਦੇ ਵਿੱਚ ਮਾਨ ਤਾਨ ਹੋ ਜੂਗਾ ਰੇਟ ਵਗੈਰਾ ਪੂਰੀ ਟੌਪ ਦੀ ਹੈ ਜੀ ਚੰਗੇ ਸੀਮਣ ਦੀ ਆ ਆ ਵੇਖ ਸਕਦੇ ਹੋ ਪੱਠ ਫੁੜੇ ਦੀ ਵੀ ਚੰਗੀ ਆ ਅੱਗੇ ਲਾਸਟ ਦੇ ਵੀਰੇ ਇਹ ਕਿੰਨੀ ਲਾਸਟ ਦੇ ਵੀਰੇ ਪੰਜਵੇਂ ਨੰਬਰ ਤੇ ਜੀ ਇਹ ਪੌਣੇ 10 ਮਹੀਨੇ ਦੀ ਉਮਰ ਹੈਗੀ ਬੱਚੀ ਪੌਣੇ 10 ਮਹੀਨੇ ਹਾਂਜੀ ਠੀਕ ਹੈ ਜੀ ਤੇ ਡੈਨਮਾਰਕ ਵੀਰੇ 50053 ਦੀ ਸੀਮਣ ਦੀ ਖੋਦ ਹੈਗੀ 50053 ਦੀ ਤੇ ਮਦਰ ਮਿਲਕ ਰਿਕਾਰਡ 40 ਪਲੱਸ ਆ ਜੀ 40 ਪਲੱਸ ਆ ਮਦਰ ਮਿਲਕ ਰਿਕਾਰਡ ਆ ਜਿਹੜਾ ਆ ਦੇਖ ਸਕਦੇ ਪ੍ਰਿੰਟ ਵਗੈਰਾ ਚੈੱਕ ਕਰ ਲਓ ਫੇਸ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ ਚੰਗੀ ਆ ਬਰੀਡ ਵਗੈਰਾ ਤੋਰ ਵਗੈਰਾ ਵੀ ਚੰਗੀ ਆ ਜੀ ਪੱਠ ਫੁੜੇ ਦੀ ਇਹ ਵੀਰੇ ਅਲੱਗ ਫਾਰਮ ਦੇ ਵਿੱਚੋਂ ਆਈ ਸੀਗੀ ਇਹਦੀ ਚਮਕ ਚੁੰਕ ਬਹੁਤ ਜ਼ਿਆਦਾ ਹੈਗੀ ਵੈਸੇ ਹੀ ਹਾਂ ਇਹ ਥੋੜੇ ਸਾਈਲੇਜ ਤੋਂ ਆਈ ਸੀਗੀ ਚੰਗੀ ਪਲੀ ਵੀ ਬੱਚੀ ਠੀਕ ਹੈ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਹਾਂ ਕੁਆਲਿਟੀ ਚੰਗੀ ਆ 50053 ਦੇ ਸੀਮ ਹੁੰਦੀ ਹੈਗੀ ਬੱਚੀ ਬੱਚੀ ਦੀ ਖੜਨੀ ਲੈਗ ਸਕੋਰ ਹਾਂ ਜੀ ਆਪ ਦੇਖ ਸਕਦੇ ਹੋ ਸਾਰੀ ਕੱਲੀ ਕੱਲੀ ਬਰੀਕੀ ਇਹਦੀ ਚੰਗੀ ਆ ਜੀ ਲਓ ਮੋੜ ਲਿਓ ਇੱਧਰ ਬੰਨ ਲਓ ਫਿਰ ਇਹਦਾ ਕੀ ਰੇਟ ਰੱਖਿਆ ਇਹਦਾ ਵੀਰੇ 17,000 ਜੀ 17,000 ਮਾਨਤਾਨ ਹੋ ਜੂ ਹਾਂਜੀ ਵੀਰੇ ਮਾਨਤਾਨ ਹੋ ਜੂਗਾ ਜੀ 17,000 ਰੁਪਏ ਦਾ ਰੇਟ ਆ ਜੀ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਜੇ ਕੋਈ ਇਕੱਠੀਆਂ ਲੈ ਜੇ ਵੀਰ ਚੰਗਾ ਮਾਨਤਾਨ ਕਰੋਗੇ ਹਾਂਜੀ ਵੀਰੇ ਜੇ ਇਕੱਠੀਆਂ ਲੈ ਜੇ ਮੰਨ ਕੇ ਚਲੋ ਵੀ 17 15 32 ਠੀਕ ਹੈ ਜੀ ਤੇ 32 ਤੇ ਜੇ ਇਹਦਾ ਲਾਈਏ 49 ਠੀਕ ਹੈ ਜੀ ਤੇ ਨਾ ਏਕੜ 7 ਟੋਟਲੀ 17,000 ਰੁਪਏ ਬੰਦਾਗਾ ਚਾਰਾਂ ਦਾ ਹਾਂਜੀ ਠੀਕ ਹੈ ਜੀ ਤੇ 65,000 ਦੇ ਵਿੱਚ ਆਪਾਂ ਜਿਹੜੀਆਂ ਸੇਲ ਕਰ ਦੇਾਂਗੇ 5,000 ਰੁਪਏ ਮਾਨਤਾਨ ਕਰ ਦੇਾਂਗੇ 5,000 ਰੁਪਏ ਮਾਨਤਾਨ ਵਿੱਚ ਹੋ ਜੂਗਾ ਕੱਲੀ ਕੱਲੀ ਜੋ ਵੀ ਥੋੜਾ ਬਹੁਤਾ ਮਾਨਤਾਨ ਕੱਲੀ ਕੱਲੀ ਜੋ ਵੀ ਬਈ ਹੋਊਗਾ ਜੀ ਤੇ ਜੇ ਕਿਸੇ ਵੀਰ ਨੇ ਨਾ ਸਾਰੇ ਪੰਜੇ ਨਗਾਂ ਚੋਂ ਕੋਈ ਵੀ ਨਗ ਪਸੰਦ ਹੋਵੇ ਤਾਂ ਵੀਰ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਉਹ ਵੀ ਵੀਰ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦਾ ਜੀ ਆਹ ਬੈਡ ਵੀ ਬਹੁਤ ਚੰਗੀ ਹੈ ਜੀ ਬਹੁਤ ਠੰਡੇ ਸੁਭਾਅ ਦੀ ਹੈ ਪੂਰੇ ਜਿਵੇਂ ਮਰਜ਼ੀ ਚੋਈ ਚਲੇ ਬੰਦਾ ਚੋਲੇ ਬੁੜੀ ਚੋਲੇ ਠੀਕ ਹੈ ਪ੍ਰੋਬਲਮ ਨਹੀਂ ਹੈਗੀ ਬੈਡ ਨੂੰ ਠੀਕ ਹੈ ਜੀ ਬੱਚੇ ਦਾ ਕਰਕੇ ਥੋੜਾ ਜਿਹਾ ਉਪਰਾ ਜ਼ਰੂਰ ਕਰਦੀ ਹੈ ਜਾਂ ਕੈਮਰੇ ਤੋਂ ਡਰਦੀ ਹੈਗੀ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਦੇਖ ਸਕਦੇ ਮਿਲਕ ਰੇਂਜ ਚੰਗੀਆਂ ਨੇ ਆਰਡਰ ਦੇ ਉੱਪਰ ਜੀ ਤੇ ਦੁੱਧ ਤਾਂ ਪਾ ਦੂ ਹਨਾ ਵੀਰ ਆਰਾਮ ਨਾਲ ਨਾਰਮਲੀ ਪਾ ਦੂਗੀ 18 ਪਲੱਸ ਬੱਚੀ ਦਾ 18 ਪਲੱਸ ਤਾਂ ਆਰਾਮ ਨਾਲ ਹੀ ਪਾ ਦੂਗੀ ਹਾਂਜੀ ਕਿਉਂਕਿ ਆਰਡਰ ਦੀ ਕੁਆਲਿਟੀ ਵੀ ਦੱਸਦੀ ਹੈ ਵੀ ਪਾ ਦੂਗੀ ਦੁੱਧ ਆਰਾਮ ਨਾਲ ਕਿਉਂਕਿ 12 ਕਿ ਕਿਲੋ ਬਈ ਇਸ ਟਾਈਮ ਬੋਲਾ ਜਿਹੜਾ ਜਮਾ ਕੰਡੇ ਤੇ ਵਾਲਾ ਕੰਡੇ ਵਾਲਾ ਉਹ ਹੈਗਾ ਠੀਕ ਹੈ ਜੀ ਤੇ ਮਗਰ ਇਹਦੇ ਬੱਚੀ ਹੈਗੀ ਮਗਰ ਵੀ ਬੱਚੀ ਆ ਜੀ ਕਰਾਓ ਤੇ ਰੇਟ ਵੀ ਆਪਾਂ ਜਿਹੜਾ ਜਾਇਜ਼ ਹੀ ਕੀਤਾ ਇਹਦਾ 40,000 ਮਾਨਤਾਨ ਹੋ ਜੂਗਾ ਠੀਕ ਹੈ 40,000 ਦੇ ਵਿੱਚੋਂ ਵੀ ਮਾਨਤਾਨ ਵੀਰ ਕਹਿੰਦਾ ਆਪਾਂ ਜ਼ਰੂਰ ਕਰ ਦੇਾਂਗੇ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਮੱਚ